तो लेंदे पंजाब तक चढ़ते पंजाब से सारे देख रहे हैं इस टाइम तेरे पहलवान किन्ने मैच हुए हैं उत्थे तैनू किदा लगा बे हार्ड लगा सारा कि ईजी लगे ना मीन ईजी हार्ड अभी मैच से गए तीन मैच से गए वधिया होए मेरे ਕੈਨੇਡਾ ਵੀ ਹੈਗੇ ਇੱਦਾਂ ਮੈਂ ਕਦੀ ਸੋਚਦਾ ਨਹੀਂ ਹੁੰਦਾ ਰੈਸਲਿੰਗ ਬਾਰੇ ਮੈਂ ਸੋਚਦਾ ਹੁੰਦਾ ਲਾਈਕ ਮੈਨੂੰ ਪਤਾ ਮੈਂ ਕੀ ਕਰਨਾ ਆਈ ਨੋ ਆਮ ਗੋਇੰ ਟੂ ਰੈਸਲ ਐਜ਼ ਹਾਰਡ ਐਜ਼ ਆਈ ਕੈਨ ਫॉर ਐਜ਼ ਲੌਂਗ ਐਜ਼ ਆਈ ਕੈਨ ਐਂਡ ਵਟ ਐਵਰ ਆਊਟਕਮ ਵੈਰੀ ਗੁੱਡ ਪਹਿਲਵਾਨ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਰੋਸਤਮ ਦੀ ਆਵਾਜ਼ ਤੇ ਤੁਹਾਨੂੰ ਸਾਰੇ ਦੇਖ ਰਹੇ ਕੀ ਮੈਸੇਜ ਦੇਣਾ ਚਾਹੁੰਦਾ ਬੱਚਿਆਂ ਨੂੰ ਬਸ ਬਿਸਾਈਡਸ ਗੋਟ ਐਂਡ ਰੈਸਲ ਹੈਵ ਫਨ ਨੋ ਪ੍ਰੈਸ਼ਰ ਐਂਡ ਹੈਵ ਫਨ ਵੈਰੀ ਗੁੱਡ ਗੁੱਡ ਲੱਕ ਪਹਿਲਵਾਨ ਤੇਰੇ ਆਉਣ ਵਾਲਾ ਸਮਾਂ ਤੇਰਾ ਓਲੰਪਿਕ ਚੋਂ ਵੀ ਗੋਲਡ ਦੇਖੀਏ ਗੁੱਡ ਲੱਕ ਤੇਰੇ ਥੈਂਕ ਯੂ ਸੀਦੇ ਫਾਦਰ ਜੀ ਆਸ਼ੀਰੀ ਪਹਿਲਵਾਨ ਪਹਿਲਵਾਨ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਰੋਸਤਮ ਦੀ ਆਵਾਜ਼ ਤੇ ਇਸ ਟਾਈਮ ਲੈਂਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਤੁਹਾਨੂੰ ਸਾਰੇ ਦੇਖ ਰਹੇ ਆ ਤੁਹਾਨੂੰ ਕਿੱਦਾਂ ਲੱਗਦਾ ਅੱਜ ਗੋਲਡ ਮੈਡਲ ਤੁਹਾਡਾ ਮੁੰਡਾ ਜਿੱਤ ਕੇ ਆਇਆ ਪਹਿਲਵਾਨ ਜੀ ਬੜੀ ਖੁਸ਼ੀ ਹੈ ਬੜੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਤੁਸੀਂ ਇਹਦੇ ਲਈ ਨਿੱਕੇ ਹੁੰਦੇ ਤੁਸੀਂ ਲਾਇਆ ਤੁਹਾਡੇ ਮਨ 'ਚ ਜਾਂ ਕੋਈ ਆਸਾਂ ਇਹਨਾਂ ਦੀਆਂ ਰਹਿ ਗਈਆਂ ਜਾਂ ਹੋਰ ਪੂਰੀਆਂ ਕਰਨ ਲਈ ਜਾਂ ਕਦੇ ਮਿਹਨਤ ਤੋਂ ਨਹੀਂ ਇਹ ਉੱਠਿਆ ਇਹਦੇ ਬਾਰੇ ਜ਼ਰੂਰ ਦੱਸੋ ਛੋਟੇ ਨਹੀਂ 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 ਇਹ ਬਹੁਤ ਮਿਹਨਤ ਕੀਤੀ ਹੈ ਇਹਨੇ ਪਹਿਲਵਾਨ ਜੀ ਆਪਣੇ ਪਹਿਲੋਂ ਘਰੋਂ ਮਿਹਨਤ ਕਰਕੇ ਜਾਣਾ ਫਿਰ ਸਕੂਲੇ ਜਾ ਕੇ ਆਦਮੀ ਮੁੜ ਕੇ ਫਿਰ ਆ ਕੇ ਕਲੱਬ 'ਚ ਲੈ ਕੇ ਜਾਣਾ ਤੋ ਮਿਹਨਤ ਤਾਂ ਬਹੁਤ ਲੱਗਦੀ ਹੈ ਤੁਸੀਂ ਆਪ ਐਡੀ ਵੱਡੀ ਭਲਵਾਨੀ ਕੀਤੀ ਆ ਮਿਹਨਤ ਤੋਂ ਬਿਨਾਂ ਇੱਥੇ ਪਹੁੰਚਣਾ ਬਹੁਤ ਔਖਾ ਇਹਦੇ ਲਈ ਕੋਈ ਸਪੈਸ਼ਲ ਖਾਣ ਪੀਣ ਪਹਿਲਵਾਨ ਜੀ ਤੁਸੀਂ ਆਪਣਾ ਕੋਈ ਇਹਦੇ 'ਤੇ ਬਣਾਇਆ ਸੀ ਨਹੀਂ ਕੋਈ ਨਹੀਂ ਸਧਾਰਨ ਖੁਰਾਕ ਜਿੱਦਾਂ ਦੀ ਘਰ ਦੇ ਵਿੱਚ ਆਪਣੇ ਚੱਲਦੀ ਹੈ ਸਪੋਰਟਸਮੈਨਾਂ ਦੀ ਹੋਈ ਸੀ ਤੁਸੀਂ ਰੋਸਤਮ ਦੀ ਆਵਾਜ਼ ਤੇ ਤੁਹਾਨੂੰ ਸਾਰੇ ਦੇਖ ਰਹੇ ਆ ਇਸ ਟਾਈਮ ਲੈਂਦੇ ਪੰਜਾਬ ਚੜ੍ਹਦੇ ਚ ਕੀ ਮੈਸੇਜ ਦੇਣਾ ਚਾਹੁੰਦੇ ਆ ਪਹਿਲਵਾਨਾਂ ਨੂੰ ਸਾਰਿਆਂ ਨੂੰ ਸਾਰੇ ਤਕੜੇ ਹੋ ਕੇ ਪਹਿਲਵਾਨੀ ਕੰਨ ਬੜੀ ਪਾਵਨ ਤੇ ਪਵਿੱਤਰ ਚੀਜ਼ ਹੈ ਇਹੋ ਬਹੁਤ ਕੁਛ ਇਹ 'ਚੋਂ ਸਿੱਖਣ ਨੂੰ ਮਿਲਦਾ ਸੋ ਮੇਰੀ ਤਾਂ ਇਹੋ ਹੀ ਕਹਿਣ ਆ ਕਿ ਸਾਰੇ ਆਪਣੀ ਸਿੱਧੀ ਨੀਂਦ ਨਾਲ ਸਹੀ ਹੋ ਕੇ ਭਲਵਾਨੀ ਕਰਨ ਪਰਮਾਤਮਾ ਸਭ ਕੁਝ ਦੇ ਬਹੁਤ ਬਹੁਤ ਮੁਬਾਰਕਾਂ ਪਹਿਲਵਾਨ ਜੀ ਥੈਂਕ ਯੂ ਮਾਤਾ ਜੀ ਨਾਲ ਮਿਲਾਉਂਦੇ ਹਾਂ ਤੁਹਾਨੂੰ ਥੋੜ੍ਹਾ ਜਿਹਾ ਜੀ ਤੁਸੀਂ ਜਦ ਦੱਸੋ ਇਹਨਾਂ ਨੂੰ ਨਿੱਕੇ ਹੁੰਦੇ ਤੁਹਾਡੇ ਹੱਥਾਂ 'ਚ ਪਲਿਆ ਇਹ ਤਾਂ ਇਹਦੇ ਲਈ ਕਿੰਨਾ ਕੁ ਸਟਰਗਲ ਕਰਨਾ ਪਿਆ ਤੁਹਾਨੂੰ ਰੋਟੀ ਪਾਣੀ ਲਈ ਭੇਜਣਾ ਪਾਣੀ ਤਾਂ ਸੇਮ ਹੀ ਸੀ ਸਟਰਗਲ ਤਾਂ ਸੇਮ ਹੀ ਨੋਰਮਲ ਹੈ ਤੁਹਾਨੂੰ ਕੀ ਸਟਰਗਲ ਹੁੰਦਾ ਆ ਬੱਚਿਆਂ ਦਾ ਖਾਣਾ ਪਾਣੀ ਤਾਂ ਵਧੀਆ ਦਿੰਦੇ ਅੱਜ ਗੋਲਡ ਮੈਡਲ ਲੈ ਕੇ ਆਇਆ ਕਿੰਨੀ ਕੁ ਖੁਸ਼ੀ ਆ ਤੁਹਾਨੂੰ ਇਹਦੀ ਮਿਹਨਤ ਬਾਰ ਆ ਗਈ ਇਹ ਹੁਣ ਕਿੰਨੇ ਸਾਲਾਂ ਦਾ ਲੱਗਿਆ 4-5 ਸਾਲ ਦਾ ਸਟਾਰਟ ਹੋਇਆ 10 ਸਾਲ ਘਰੋਂ ਬਾਹਰ ਵੀ ਰਿਹਾ ਇੰਨੀ ਮਿਹਨਤ ਇਹਦੀ ਬਾਰ ਆਈ ਅੱਜ ਬੜੀ ਖੁਸ਼ੀ ਦੀ ਗੱਲ ਸਾਰੀ ਕਮਿਊਨਿਟੀ ਨੂੰ ਖੁਸ਼ੀ ਆ ਥੈਂਕ ਯੂ ਅਸੀਂ ਸਾਰਿਆਂ ਦਾ ਕਰਦੇ ਆਪਣੇ ਜਿਹੜੇ ਰੋਸਤਮ ਦੀ ਆਵਾਜ਼ 'ਤੇ ਤੁਹਾਨੂੰ ਸਾਰੇ ਦੇਖ ਰਹੇ ਆ ਇਸ ਟਾਈਮ ਲੈਂਦੇ ਪੰਜਾਬ ਦਾ ਚੜ੍ਹਦੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਪਹਿਲਵਾਨਾਂ ਪਬਲਿਕ ਨੂੰ ਇਹੀ ਕਹਿਣਾ ਮੰਗਦੀ ਆ ਸਾਰੀਆਂ ਮਾਵਾਂ ਨੂੰ ਸਪੈਸ਼ਲੀ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਾਓ ਤੇ ਚੰਗੀ ਤਰ੍ਹਾਂ ਮਿਹਨਤ ਕਰਾਓ ਕਿਸੇ ਵੀ ਗੇਮ ਦੇ ਵਿੱਚ ਪਾਓ ਚੰਗਾ ਖਾਣਾ ਦਿਓ ਉਹਨਾਂ ਨੂੰ ਚੰਗੇ ਪਾਸੇ ਲਾਓ ਥੈਂਕ ਯੂ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇੱਕ ਦਿਨ ਓਲੰਪਿਕ ਜੋ ਵੀ ਇੱਦਾਂ ਅਸੀਂ ਗੋਲਡ ਮੈਡਲ ਦੇਖੀਏ ਦਾ ਥੈਂਕ ਯੂ ਜੀ ਥੈਂਕਸ ਆਓ ਤੁਹਾਨੂੰ ਮਿਲਾਉਂਦੇ ਹਾਂ ਪਰਮ ਢੇਸੀ ਨਾਲ ਅਮਰ ਦੇ ਇਹ ਵੱਡੇ ਬ੍ਰਦਰ ਆ ਪਹਿਲਵਾਨ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਵਧਾਈ ਹੋ ਤੁਹਾਡਾ ਬ੍ਰਦਰ ਅੱਜ ਛੋਟਾ ਗੋਲਡ ਮੈਡਲ ਜਿੱਤ ਕੇ ਆਇਆ ਕਿੰਨੀ ਖੁਸ਼ੀ ਹੋ ਰਹੀ ਆ ਬਹੁਤ ਖੁਸ਼ੀ ਹੈ ਆਪਣਾ ਸਾਰਾ ਕਮਿਊਨਿਟੀ ਦੀ ਵੈਨ ਸਾਡਾ ਨਹੀਂ ਇਕੱਲਾ ਬਸ ਸਾਰਿਆਂ ਦਾ ਇਕੱਠਾ ਤੁਸੀਂ ਯੂਥ ਓਲੰਪਿਕ ਆਪ ਵੀ ਲੜਨ ਗਏ ਆ ਤਾਂ ਤੁਹਾਡੇ ਕਈ ਸੁਪਨੇ ਅਧੂਰੇ ਰਹੇ ਹੋਗੇ ਅੱਜ ਕੀ ਲੱਗਦਾ ਤੁਹਾਡੇ ਛੋਟੇ ਬ੍ਰਦਰ ਪੂਰੇ ਕਰਦਾ ਹਾਂਜੀ ਇਹਨੇ ਅਸੀਂ ਵੀ ਬਹੁਤ ਪ੍ਰਾਊਡ ਆ ਛੋਟੇ ਹੁੰਦੇ ਅਸੀਂ ਇਕੱਠੀ ਮਿਹਨਤ ਕੀਤੀ ਆ ਤੇ ਇਦਾਂ ਲੱਗਦਾ ਮੈਂ ਜਿੱਤੇ ਆ ਕੀ ਬਾਤ ਹੈ ਕੀ ਬਾਤ ਸੋ
ਅਸੀਂ ਅੱਜ ਤੱਕ ਵੀ ਹਾਲੇ ਤੱਕ ਅਸੀਂ ਜ਼ੋਰ ਇਕੱਠੇ ਕਰਦੇ ਹਾਂ ਰਾਈਟ ਅਤੇ ਕੱਲ੍ਹ ਪਰਸੋਂ ਫਿਰ ਅਸੀਂ ਮਿਹਨਤ ਕਰਨੀ ਹੈ ਰਾਈਟ ਅਤੇ ਅਗਲੀ ਟੂਰਨਾਮੈਂਟ ਦੀ ਪ੍ਰੈਪਰੇਸ਼ਨ ਕਰੋਂਗੇ ਵਰਲਡ ਚੈਂਪੀਅਨਸ਼ਿਪ ਸਪਟੈਂਬਰ 'ਚ ਹੋਊਗੀ ਠੀਕ ਹੈ ਇਹਦੇ ਜਿੱਦਾਂ ਤੁਸੀਂ ਅਮੈਰੀਕਾ 'ਚ ਇਹਨੂੰ ਭੇਜਿਆ ਪਹਿਲਵਾਨ ਜੀ ਦੇ ਜਿਹੜੇ ਇੱਥੇ ਜ਼ੋਰ ਇਸ ਟਾਈਮ ਵੀ ਕਹਿੰਦੇ ਦੱਸ ਰਿਹਾ ਵੀ ਹੈਗੇ ਆ ਮੁੰਡੇ ਆਇਓ ਆ ਹੁਣ ਵੀ ਇਹਨੂੰ ਅਮੈਰੀਕਾ 'ਚ ਭੇਜੋਗੇ ਤਿਆਰੀ ਕਰਨ ਕਿੱਥੇ ਹਾਂਜੀ ਹੁਣ ਅਸੀਂ ਦੇਖਦੇ ਹਾਂ ਰਾਧਾ ਅਮੈਰੀਕਾ ਹੀ ਜਾਣਦਾ ਰਾਈਟ ਉੱਥੇ ਇਹਦੇ ਹਾਲੇ ਪੂਰੇ ਕਨੈਕਸ਼ਨ ਹੈਗੇ ਆ ਉਹ ਜਿਹੜੇ ਕੋਚ ਵੀ ਕਹਿੰਦੇ ਆ ਤੁਸੀਂ ਆਓ ਇੱਥੇ ਮਿਹਨਤ ਕਰੋ ਜਦੋਂ ਮਰਜ਼ੀ ਸੋ ਹੁਣ ਬੈਠ ਕੇ ਹੁਣ ਦੇਖਦੇ ਹਾਂ ਪਲੈਨ ਪ੍ਰੈਪਰੇਸ਼ਨ ਕਰੋਗੇ ਹੁਣ ਵਰਲਡ ਚੈਂਪੀਅਨਸ਼ਿਪ ਲਈ ਤੁਹਾਨੂੰ ਰੋਸਤਮ ਦੀ ਆਵਾਜ਼ ਤੇ ਪਹਿਲਵਾਨ ਜੀ ਸਾਰੇ ਦੇਖ ਰਹੇ ਲੈਂਦੇ ਪੰਜਾਬ ਦਾ ਚੜ੍ਹਦੇ ਤੋਂ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਸੇਜ ਤਾਂ ਸੇਮ ਹੁੰਦਾ ਰਾਈਟ ਤੁਸੀਂ ਸਪੋਰਟਸ ਨਾਲ ਜੁੜੋ ਰਾਈਟ ਸਹੀ ਪਾਸੇ ਪਾਓ ਆਪਣੇ ਨਿਆਣਿਆਂ ਨੂੰ ਅਤੇ ਇੱਕ ਦਿਨ ਕੋਈ ਪਤਾ ਨਹੀਂ ਹੁੰਦਾ ਕਿਹਨੇ ਚੈਂਪੀਅਨ ਬਣਨਾ ਰਾਈਟ ਸੋ ਯੂ ਹੈਵ ਟੂ ਟਰਾਈ ਪਹਿਲਵਾਨ ਜੀ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲ ਆਉਣ ਵਾਲੇ ਸਮੇਂ 'ਚ ਅਸੀਂ ਓਲੰਪਿਕ 'ਚੋਂ ਵੀ ਇੱਦਾਂ ਹੀ ਗੋਲਡ ਮੈਡਲ ਦੇਖੀਏ ਤਾਂ ਥੈਂਕ ਯੂ ਪਹਿਲਵਾਨ ਜੀ ਤੁਹਾਡਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਰੋਸਤਮ ਦੀ ਆਵਾਜ਼ 'ਤੇ ਸਾਰੇ ਲਹਿੰਦੇ ਪੰਜਾਬ ਦਾ ਚੜ੍ਹਦੇ ਪੰਜਾਬ ਤੁਹਾਨੂੰ ਸਾਰੇ ਦੇਖ ਰਹੇ ਆ ਉੱਥੇ ਪਹਿਲਵਾਨ ਕਿੰਨੀ ਤੇਰੀਆਂ ਕਿੰਨੀਆਂ ਰੈਸਲਿੰਗ ਹੋਈਆਂ ਸਾਰੇ ਮੇਰੇ 3 ਮੈਚ ਹੋਏ ਸੀਗੇ ਫਸਟ ਮੈਚ ਇੰਡੀਆ ਨਾਲ ਸੀਗਾ ਸੈਕਿੰਡ ਪਾਕਿਸਤਾਨ ਨਾਲ ਅਤੇ ਤੀਜਾ ਮੇਰਾ ਸਾਊਥ ਅਫਰੀਕਾ ਨਾਲ ਅਤੇ ਸਾਰੇ ਤੂੰ ਪੁਆਇੰਟਾਂ 'ਤੇ ਜਿੱਤੇ ਕਿ ਫਾਲ ਕਿੱਥੇ ਸਾਰੇ ਪੁਆਇੰਟਾਂ 'ਤੇ ਜਿੱਤਿਆ ਸੀਗਾ ਹਾਂਜੀ ਫਸਟ ਮੈਚ 8-6 ਸੈਕਿੰਡ ਮੈਚ 7-0 ਅਤੇ ਲਾਸਟ ਮੈਚ 9-3 ਕਿੱਦਾਂ ਲੱਗਾ ਜਿਹੜਾ ਤੇਰਾ ਫਾਈਨਲ ਮੈਚ ਤੈਨੂੰ ਬਹੁਤ ਰਿਲੈਕਸ ਤੂੰ ਈਜੀ ਸੀ ਜਿੱਦਾਂ ਬੱਲਾ ਦਾ ਜਿਹੜਾ ਟਫ ਮੈਚ ਤੇਰਾ ਪਹਿਲਾਂ ਇੰਡੀਆ ਵਾਲੇ ਨਾਲ ਹੋਇਆ ਉਹ ਕਿੱਦਾਂ ਲੱਗਾ ਤੈਨੂੰ ਯਾਰ ਮੇਰਾ ਡਰਾ ਸਾਡਾ ਡਰਾ ਇੰਡੀਆ ਨਾਲ ਪਹਿਲਾਂ ਪੈ ਗਿਆ ਸੀਗਾ ਮੈਚ ਅਤੇ ਸੋ ਫਸਟ ਮੈਚ ਮੇਰਾ ਟਫ ਸੀਗਾ 8-6 ਮੈਚ ਜਿੱਤ ਗਏ ਸੀਗੇ ਤੁਹਾਨੂੰ ਪਤਾ ਸੀਗਾ ਉਹੀ ਮੈਚ ਮੇਨ ਸਭ ਤੋਂ ਟਫ ਹੋਣਾ ਪਰ ਇੱਦਾਂ ਫਿਰ ਸੋਚ ਨਹੀਂ ਸਕਦੇ ਨਾ ਸਾਰੇ ਭਲਵਾਨ ਉੱਥੇ ਜਿੱਤਣ ਆਏ ਹੁੰਦੇ ਆ ਸੋ ਫਾਈਨਲ ਦੇ ਵਿੱਚ ਥੋੜ੍ਹਾ ਰਿਲੈਕਸ ਕਹਿ ਸਕਦੇ ਪਰ ਸੇਫ ਖੇਡਿਆ ਥੋੜ੍ਹਾ ਜਿਹਾ ਮੈਡਲ ਦੇ ਕਰਕੇ ਪਰ ਉਹ ਤਾਂ ਬਹੁਤ ਖੁਸ਼ੀ ਹੈ ਤੂੰ ਪਹਿਲੀ ਵਾਰੀ ਇਹ ਲੜਨਾ ਆਇਆ ਕੌਣ ਹਾਂਜੀ ਮੈਂ ਪਹਿਲੀ ਵਾਰ ਗੇਮਸ ਲੜਨਾ ਆਇਆ ਜੀ ਪਹਿਲੀ ਵਾਰੀ ਗੇਮਸ ਲੜਨਾ ਆਇਆ ਇਹਦੇ ਲਈ ਕਿੰਨੀ ਕੁ ਤਿਆਰੀ ਕੀਤੀ ਤੂੰ ਤਿਆਰੀ ਅਮੈਰੀਕਾ ਦੇ ਵਿੱਚ ਕੈਂਪ ਲਾਏ ਸੀਗੇ ਤਿਆਰੀ ਤਾਂ ਚੱਲਦੀ ਆ ਰਹੀ ਆ ਜਦੋਂ ਦੇ ਜ਼ੋਰ ਕਰਦੇ ਰਹੀ ਨਿੱਕੇ ਹੁੰਦੇ ਇਹੀ ਸੋਚਿਆ ਕਿ ਗੇਮ 'ਚੋਂ ਮੈਡਲ ਲੈ ਕੇ ਆਉਣਾ ਅਤੇ ਕਰੀ ਜਾਂਦੇ ਜੀ ਠੀਕ ਹੈ ਅਮੈਰੀਕਾ ਕਿਹੜੀ ਜਗ੍ਹਾ ਕਰ ਰਹੇ ਮੈਂ ਪੈਨਸਲਵੇਨੀਆ ਦੇ ਵਿੱਚ ਕਰਦਾ ਅਤੇ ਨਾਲ ਆਇਓਵਾ ਦੇ ਵਿੱਚ ਕਰਦਾ ਟ੍ਰੇਨਿੰਗ ਕੀ ਫਰਕ ਲੱਗਦਾ ਤੁਹਾਨੂੰ ਉੱਥੇ ਨਾ ਤਾਂ ਇੱਥੇ ਦਾ ਜਿੱਦਾਂ ਤੁਹਾਨੂੰ ਕੈਨੇਡਾ 'ਚ ਤੁਸੀਂ ਪਹਿਲਾਂ ਐਸਐਫਯੂ ਕਰਦੇ ਸੀ ਥੋੜ੍ਹਾ ਬਸ ਕਹਿ ਲਓ ਪਾਰਟਨਰ ਦਾ ਫਰਕ ਆ ਹੁਣ USA ਇਸ ਟਾਈਮ 'ਤੇ ਟੋਪ 3 ਕੰਟਰੀ ਮੰਨੀ ਜਾਂਦੀ ਰੈਸਲਿੰਗ ਦੇ ਵਿੱਚ ਪਾਰਟਨਰ ਥੋੜ੍ਹੇ ਜਿਹੇ ਉੱਥੇ ਥੋੜ੍ਹੇ ਸਟਰੋਂਗ ਮਿਲ ਜਾਂਦੇ ਆ ਅਤੇ ਉੱਥੇ ਜ਼ੋਰ 'ਤੇ ਵਧੀਆ ਹੋ ਜਾਂਦੇ ਆ ਕਿੱਥੇ ਕਿੱਥੇ ਤੇਰੇ ਲੈਵਲ ਦੇ ਬੰਦੇ ਹੈ ਨਹੀਂ ਸੀ ਆਪਣੇ ਕੈਨੇਡਾ ਪਾਰਟਨਰ ਹੈਗੇ ਆ ਪਰ ਉੱਥੇ ਵੀ ਹੈਵੀ ਜ਼ੋਰ ਜਿਹੜੇ ਬੰਦੇ ਨਾਲ ਹੁਣ ਸਨਾਈਡਰ ਹੋ ਗਿਆ ਜਾਂ ਜਿਹੜੇ ਉੱਥੇ ਨੰਬਰ 2 ਜਾਂ 3 ਲੈਵਲ ਦੇ ਆ ਉਹ ਕੁਸ਼ਤੀਆਂ ਇੱਥੇ ਵੀ ਕੈਨੇਡਾ ਵਿੱਚ ਹਾਰਡ ਹੈ ਮਿਲਦੇ ਆ ਪਹਿਲਵਾਨ ਜੀ ਸਨੀ ਪਹਿਲਵਾਨ ਜੀ ਤੁਸੀਂ ਫਿਰ ਨਾਲ ਤਿਆਰੀ ਰਹਿ ਕੇ ਕਰਾਈ ਆ ਸ਼ਾਨ ਰੰਧਾਵੇ ਦੀ ਤੁਸੀਂ ਇੱਥੇ ਜਿੰਨਾ ਕੁ ਟਾਈਮ ਇਹ ਅਮੈਰੀਕਾ ਤੋਂ ਆਉਂਦਾ ਸੀ ਅਤੇ ਤੁਸੀਂ ਆਪ ਵੀ ਨਾਲ ਕਰਦੇ ਰਹੇ ਤੇ ਜ਼ੋਰ ਬਿਲਕੁਲ ਜਿੱਦਾਂ ਹੁਣ ਇਸ ਟੂਰਨਾਮੈਂਟ ਲਈ ਸਾਡੇ ਲਈ ਬੜਾ ਇੰਪੋਰਟੈਂਟ ਸੀ ਪਿਛਲੇ 3 ਮਹੀਨੇ ਤੋਂ ਬਾਅਦ ਮੈਂ ਵੀ ਇੱਥੇ ਰਿਹਾ ਵੀ ਇਹਦੇ ਕੋਲ ਅਸੀਂ ਇਕੱਠਿਆਂ ਨੇ ਟ੍ਰੇਨਿੰਗ ਕੀਤੀ ਆ ਵੀ ਆਹ ਮੈਡਲ ਅਸੀਂ ਕੱਢਣਾ ਸੀ ਅਤੇ ਹੁਣ ਬਹੁਤ ਖੁਸ਼ੀ ਹੁੰਦੀ ਵੀ ਕੱਢ ਗਿਆ
ਆ ਕਿਉਂਕਿ ਮੈਂ ਇਹ ਕਾਮਨਵੈਲਥ ਚੈਂਪੀਅਨਸ਼ਿਪ ਜਿੱਤੀ ਹੋਈ ਆ ਪਰ ਜਿਹੜੀ ਗੇਮਸ ਮੈਂ ਉਦੋਂ WWE ਨੂੰ ਚਲ ਗਿਆ ਸੀ ਮੈਂ ਤੋਂ ਜਾ ਰਿਹਾ ਹੋਇਆ ਸੀ ਮੈਡਲ ਕੱਢਣਾ ਬਹੁਤ ਜ਼ਰੂਰੀ ਸੀ ਅਤੇ ਇਹਨੇ ਕੱਢਿਆ ਤਾਂ ਬਹੁਤ ਖੁਸ਼ੀ ਹੁੰਦੀ ਹੈ ਬਈ ਘਰਦੇ ਬੰਦੇ ਸਾਡੇ ਉਹ ਮੈਡਲ ਕੱਢ ਦਿੱਤਾ ਹੁਣ ਮੈਨੂੰ ਇੱਦਾਂ ਲੱਗਦਾ ਵੀ ਮੈਂ ਹੀ ਜਿੱਤਿਆ ਵੱਧ ਖੁਸ਼ੀ ਹੋਈ ਉਹਦੇ ਨਾਲ ਤੁਹਾਨੂੰ ਜਦੋਂ ਜ਼ੋਰ ਕਰਾਉਂਦੇ ਤੁਹਾਨੂੰ ਉਹਦੇ ਪੂਰੀ ਆਸ ਸੀਗੀ ਵੀ ਮੈਡਲ ਲਿਆਊਗਾ ਆਪਣਾ ਨਹੀਂ ਬਿਲਕੁਲ ਭਾਅ ਜੀ ਕਿਉਂਕਿ ਹੁਣ ਜਿੱਦਾਂ ਇੱਕ ਤਾਂ ਉਦੋਂ ਮੈਂ 7-8 ਸਾਲ ਮੈਂ ਬਾਹਰ ਰਿਹਾ ਅਮਰੀਕਾ ਦੇ ਵਿੱਚ ਅਤੇ ਹੁਣ ਜਦੋਂ ਇੱਥੇ ਸੀ ਮੈਨੂੰ ਪੂਰੀ ਉਮੀਦ ਸੀ ਵੀ ਹੁਣ ਠੀਕ ਹੈ ਤਾਂ ਕਰਕੇ ਅਸੀਂ ਮੇਰੇ ਡੈਡ ਵੀ ਹੁਣ ਉਹ ਹਾਲੇ ਇੰਗਲੈਂਡ ਤੋਂ ਆਏ ਨਹੀਂ ਉਹ ਵੀ ਨਾਲ ਗਏ ਸੀ ਸਾਨੂੰ ਪਤਾ ਸੀ ਇਹਨੇ ਮੈਡਲ ਕੱਢ ਦੇਣਾ ਕੱਢਿਆ ਵੈਰੀ ਗੁੱਡ ਹੋਇਆ ਸ਼ਾਨ ਤੈਨੂੰ ਕਿੱਦਾਂ ਲੱਗਦਾ ਇਹ ਤੈਨੂੰ ਹੈਵੀ ਜ਼ੋਰ ਮਿਲਦੇ ਸੀ ਇੱਥੇ ਜਿੱਦਾਂ ਉਹਦੇ ਨਾਲ ਤੈਨੂੰ ਫਰਕ ਪਿਆ ਉਹ ਤੈਨੂੰ ਈਜ਼ੀ ਲੱਗੇ ਪਹਿਲਵਾਨ ਹਾਂਜੀ ਹੁਣ ਸਨੀ ਹੈਵੀ ਵੇਟ ਲਾ ਲਓ 125 ਕਿਲੋ ਦਾ ਜੋ ਅਸੀਂ 97 ਨਾਲ ਲੜਦੇ ਹਾਂ ਫਿਰ ਜਿਹੜੀ ਹੈਂਡ ਫਾਈਟਿੰਗ ਹੋ ਗਈ ਆ ਜ਼ੋਰ ਹੋਣੇ ਆ ਉਹ ਹੈਵੀ ਕਰਦੇ ਆ ਉਹ ਹਲਕੇ ਲੱਗਦੇ ਮੁੰਡੇ ਤੋਂ ਬੜੇ ਉਹਨਾਂ ਅਤੇ ਸਨੀ ਫਿਰ ਪ੍ਰੈਕਟਿਸ ਮੇਰੀ ਕਰਾਉਂਦਾ ਰਿਹਾ ਅਤੇ ਮਾਮਾ ਜੀ ਦੇ ਨਾਲ ਦੋਨੇ ਮਾਮਾ ਜੀ ਕਰਾਉਂਦੇ ਰਹੇ ਆ ਆਉਣ ਵਾਲਾ ਫਿਊਚਰ ਦਾ ਕੀ ਗੋਲ ਆ ਤੇਰਾ ਹਾਂਜੀ ਹੁਣ ਅਸੀਂ ਸੀਨੀਅਰ ਵਰਲਡ ਚੈਂਪੀਅਨਸ਼ਿਪ ਚੱਲਦੇ ਹਾਂ ਸਰਬੀਆ ਦੇ ਵਿੱਚ ਸਤੰਬਰ ਦੀ 11 ਤਰੀਕ ਨੂੰ ਮੈਂ ਅਤੇ ਅਮਰ ਸਾਰੀ ਸੇਮ ਟੀਮ ਚੱਲੀ ਆ ਅਤੇ ਉੱਥੇ ਅਸੀਂ ਆਸ ਰੱਖਦੇ ਕਿ ਅਸੀਂ ਮੈਡਲ ਲੈ ਕੇ ਆਈਏ ਟੀਮ ਕੈਨੇਡਾ ਲਈ ਠੀਕ ਹੈ ਤੁਸੀਂ ਦੁਬਾਰਾ ਫਿਰ ਬੈਕ ਅਮਰੀਕਾ ਜਾਓਗੇ ਤਿਆਰੀ ਕਰਨ ਕਿੱਥੇ ਸਨੀ ਟੀਮ ਸੈਕਰ ਆਊ ਤੇਰੀ ਅਸੀਂ 16 ਤਰੀਕ ਨੂੰ ਅਮਰੀਕਾ ਚੱਲੇ ਹਾਂ ਅਤੇ ਅਸੀਂ ਵਰਲਡ ਚੈਂਪੀਅਨਸ਼ਿਪ ਤੱਕ ਤਿਆਰੀ ਉੱਥੇ ਫਿਰ ਅਮਰੀਕਾ ਜੀ ਚੱਲੂਗੀ ਵੈਰੀ ਗੁੱਡ ਵੈਰੀ ਗੁੱਡ ਪਹਿਲਵਾਨ ਬਹੁਤ ਬਹੁਤ ਮੁਬਾਰਕਾਂ ਪਹਿਲਵਾਨ ਦੇ ਮਾਤਾ ਜੀ ਨਾਲ ਗੱਲ ਕਰਦੇ ਹਾਂ ਤੁਹਾਨੂੰ ਕਿੰਨੀ ਕੁ ਖੁਸ਼ੀ ਹੋਈ ਅੱਜ ਮੁੰਡਾ ਤੁਹਾਡਾ ਗੋਲਡ ਮੈਡਲ ਜਿੱਤ ਕੇ ਆਇਆ ਭਾਜੀ ਦੱਸ ਨਹੀਂ ਸਕਦੀ ਬਹੁਤ ਜ਼ਿਆਦਾ ਖੁਸ਼ੀ ਆ ਤਾਂ ਬੱਚੇ ਨੇ ਮਿਹਨਤ ਕੀਤੀ ਸੀ ਉਹਨੂੰ ਫਲ ਮਿਲਿਆ ਮਾਮਾ ਦਾ ਬਹੁਤ ਵੱਡਾ ਹੱਥ ਹੁੰਦਾ ਤੁਸੀਂ ਇਹਨੂੰ ਖਾਣ ਪੀਣ 'ਚ ਜਿੱਦਾਂ ਨਿੱਕੇ ਹੁੰਦੇ ਕਿੱਦਾਂ ਲੱਗਦਾ ਸੀ ਤੁਹਾਨੂੰ ਪਹਿਲਾਂ ਇਹਨੇ ਲਈ ਕੀ ਤੁਸੀਂ ਸਪੈਸ਼ਲ ਬਣਾਉਂਦੇ ਰਹੇ ਸ਼ੁਰੂ ਤੋਂ ਜਿੱਦਾਂ ਘਰ 'ਚ ਖੁਰਾਕ ਖੰਡ ਬਦਾਮ ਚਿਕਨ ਵਗੈਰਾ ਅਤੇ ਇਹ ਵੈਸੇ ਸਾਰੀ ਚੀਜ਼ ਖਾ ਲੈਂਦਾ ਸਬਜ਼ੀਆਂ ਰੋਟੀ ਸਾਰਾ ਕੁਛ ਖਾਂਦਾ ਆ ਪਰ ਕਾਫੀ ਇਹਦੇ ਲਈ ਥੋੜ੍ਹੀ ਸਪੈਸ਼ਲ ਖੁਰਾਕ ਬਣਾਉਣੀ ਪੈਂਦੀ ਨਿੱਕੇ ਹੁੰਦੇ ਨੂੰ ਤੁਹਾਨੂੰ ਲੱਗਦਾ ਸੀ ਵੀ ਮੇਰਾ ਮੁੰਡਾ ਇੱਕ ਦਿਨ ਇੱਦਾਂ ਮੈਡਲ ਗੋਲਡ ਮੈਡਲ ਲੈ ਕੇ ਆਊਗਾ ਪੂਰੀ ਉਮੀਦ ਸੀਗੀ ਹੈ ਕਿਉਂਕਿ ਸਨੀ ਢੀਂਡਸਾ ਵੀ ਪਹਿਲਾਂ ਤੁਹਾਡੇ ਹੱਥਾਂ 'ਚ ਮਿਲਿਆ ਤੁਸੀਂ ਸਾਰੇ ਟੱਬਰ ਨੂੰ ਤੁਸੀਂ ਪਾਲਿਆ ਤੁਹਾਨੂੰ ਪਤਾ ਸੀ ਵੀ ਸੀਗਾ ਕਿ ਮੇਰੇ ਸਨੀ ਵਾਂਗੂ ਹੀ ਇਹ ਗਾਂ ਜ਼ਰੂਰ ਵਧੂਗਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਰੋਸਤਮ ਦੀ ਆਵਾਜ਼ ਤੇ ਤੁਹਾਨੂੰ ਅੱਜ ਸਾਰੀ ਪਬਲਿਕ ਸੁਣ ਰਹੀ ਆ ਤੁਸੀਂ ਜਿਹੜੇ ਲੈਂਦੇ ਪੰਜਾਬ ਦਾ ਚੜ੍ਹਦੇ ਪੰਜਾਬ ਤੁਹਾਨੂੰ ਦੇਖ ਰਹੇ ਆ ਕੀ ਮੈਸੇਜ ਦੇਣਾ ਚਾਹੁੰਦੇ ਬੱਚਿਆਂ ਲਈ ਮੈਂ ਤਾਂ ਇਹੀ ਕਹੂੰਗੀ ਕਿ ਸਾਰੇ ਆਪਦੇ ਬੱਚੇ ਇਸ ਲਾਈਨ 'ਚ ਲਗਾਉਣ ਤੇ ਮਿਹਨਤ ਕਰਨ ਤੇ ਸਾਰੇ ਜਿੱਤ ਪ੍ਰਾਪਤ ਕਰਨ ਆਪਣੇ ਪੰਜਾਬੀਆਂ ਨੇ ਕੱਢੇ ਆ ਗਾਂ ਹੋਰ ਵਧਣ ਹਨਾ ਕਿਸੇ ਦਿਨ ਇਹੋ ਹੋਵੇ ਸਾਰੇ ਪੰਜਾਬੀਆਂ ਦੀ ਟੀਮ ਹੋਵੇ ਤੇ ਸਾਰੇ ਗੋਲਡ ਹੀ ਹੋਣ ਤੇ ਇਹੋ ਹੀ ਮੈਸੇਜ ਹੁਣ ਨਿਆਣੇ ਸਭ ਕਰ ਰਹੇ ਆ ਤੇ ਖੁਸ਼ੀ ਹੁੰਦੀ ਵੀ ਰਿਜ਼ਲਟ ਜਦੋਂ ਮਿਲਦਾ ਵੀ ਇਹਨਾਂ ਨੂੰ ਵੀ ਉਮੀਦ ਹੁੰਦੀ ਵੀ ਅਸੀਂ ਵੀ ਕੱਢਾਂਗੇ ਮੈਡਲ ਹਨਾ ਜਦੋਂ ਅਸੀਂ ਪਹਿਲੀ ਵਾਰੀ ਅਸੀਂ ਸੁਣਦੇ ਹੁੰਦੇ ਵੀ ਉਦੋਂ ਵੀ ਆ ਜਸਟਨ ਐਬਲੂ ਨੇ ਮੈਡਲ ਕੱਢਿਆ ਉਦੋਂ ਨਿੱਕੇ ਹੁੰਦੇ ਸੁਣਦੇ ਆਉਣਾ ਵੀ ਅਸੀਂ ਵੀ ਕਹਿਣਾ ਕਦੀ ਕੱਢਾਂਗੇ ਫਿਰ ਕੁਦਰਤ ਦੀ ਅਸੀਂ ਵੀ ਮੈਡਲ ਕੱਢਿਆ ਹੁਣ ਅਗਾਂਹ ਸਾਡੇ ਛੋਟੇ ਕਜ਼ਨ ਵੀ ਕੱਢਣ ਲੱਗ ਪਿਆ ਉਹ ਵੱਡੀ ਗੱਲ ਆ ਖੁਸ਼ੀ ਹੁੰਦੀ ਰੋਸਤਮ ਦੀ ਆਵਾਜ਼ 'ਤੇ ਤੈਨੂੰ ਸਾਰੇ ਦੇਖ ਰਹੇ ਇਸ ਟਾਈਮ ਤੂੰ ਮੈਸੇਜ ਕੀ ਦੇਣਾ ਚਾਹੁੰਦਾ ਹਾਂਜੀ ਮੈਂ ਇਹੋ ਹੀ ਕਹਿਣਾ ਚਾਹੁੰਦਾ ਹਰ ਬੱਚੇ ਨੂੰ ਵੀ ਸਹੀ ਤਰੀਕੇ ਨਾਲ ਸਹੀ ਲਾਈਨ ਫੜੋ ਕੋਈ ਵੀ ਗੇਮ ਹੈ ਜੋ ਇਹ ਜ਼ਰੂਰੀ ਨਹੀਂ ਵੀ ਰੈਸਲਿੰਗ ਆ ਕੋਈ ਵੀ ਗੇਮ ਆ ਸੋਕਰ ਫੁੱਟਬਾਲ ਜੋ ਵੀ ਆ ਆਪਣਾ ਟਾਈਮ ਗੇਮ ਦੇ ਵਿੱਚ ਲਾਵੋ ਪੜ੍ਹੋ ਦੋਨੇ ਚੀਜ਼ਾਂ ਇਕੱਠੋ ਨਾਲ ਚੜ੍ਹਦੀਆਂ ਅਤੇ ਆਪਣੇ ਪੇਰੈਂਟਸ ਦਾ ਵੀ ਨਾਮ ਬਣਦਾ ਸਭ ਪਰਿਵਾਰ ਖੁਸ਼ੀ ਹੁੰਦੀ ਦੇਖੋ ਕਿੰਨੇ ਹੁਣ ਮੰਮੀ ਡੈਡੀ ਇਹਨਾਂ ਦੇ ਕਿੰਨੇ ਖੁਸ਼ ਆ ਹੈਨਾ ਓਕੇ ਥੈਂਕ ਯੂ ਪਹਿਲਵਾਨ ਬਹੁਤ ਬਹੁਤ ਮੁਬਾਰਕਾਂ ਆ ਜਾਓ ਅੱਜ ਨਾਲੇ ਸ਼ਾਨ ਨੇ ਰੰਧਾਵੇ ਦੇ ਡੈਡ ਨੂੰ ਮਿਲਾਉਂਦੇ ਹਾਂ ਨਾਲੇ ਇੰਦੀ ਜਸਵਾਲ ਜਿਹੜਾ ਤੁਸੀਂ ਸਾਰਿਆਂ ਨੇ ਦੇਖਿਆ ਬਹੁਤ ਇਹ ਵੀਡੀਓ ਵਧੀਆ ਕੰਮ ਕਰ ਰਿਹਾ ਜਿਹੜਾ ਇੰਡੀਅਨ ਕਮਿਊਨਿਟੀ ਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਰੂਬਰੂ ਕਰ ਰਿਹਾ ਤਾਂ ਡੈਡ ਨੂੰ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤੁਹਾਨੂੰ ਜੀ ਸ਼ਾਨ ਰੰਧਾਵਾ ਅੱਜ ਗੋਲਡ ਮੈਡਲ ਲੈ ਕੇ ਆਇਆ ਹਾਂਜੀ ਮੁਬਾਰਕਾਂ ਪਹਿਲੀ ਸਾਰਿਆਂ ਨੂੰ ਪਹਿਲੀ ਗੱਲ ਤਾਂ ਜਿਹੜੇ ਆਪਣੇ ਰਸਮ ਦੀ ਆਵਾਜ਼ ਵਾਲੇ ਆ ਉਹ ਸਾਰੇ ਜਿਹੜੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਭਰਾ ਜੀ ਤੁਹਾਨੂੰ ਜੀ ਤੁਹਾਨੂੰ ਅੱਜ ਲਹਿੰਦੇ ਪੰਜਾਬ ਤਾਂ ਚੜ੍ਹਦੇ ਪੰਜਾਬ ਸਾਰੇ ਦੇਖ ਰਹੇ ਆ ਪਹਿਲਵਾਨ ਜੀ ਤਾਂ ਤੁਸੀਂ ਇਹਦੇ ਲਈ ਕਿੰਨਾ ਕੁ ਸਟਰਗਲ ਕੱਟਿਆ ਨਿੱਕੇ ਹੁੰਦੇ ਤੁਸੀਂ ਪਾਲਿਆ ਨਿਆਣਾ ਆਪਣਾ ਤੁਹਾਨੂੰ ਆਸ ਸੀਗੀ ਵੀ ਅੱਜ ਕਿਸੇ ਦਿਨ ਸਾਡਾ ਨਿਆਣਾ ਗੋਲਡ ਮੈਡਲ ਲੈ ਕੇ ਆਊਗਾ
ਅੱਜ ਕਿੰਨੀ ਕੁ ਖੁਸ਼ੀ ਹੋ ਰਹੀ ਆ? ਹਾਂਜੀ, ਜਦੋਂ ਸ਼ੁਰੂਆਤ ਭਲਵਾਨੀ ਸ਼ੁਰੂ ਕੀਤੀ ਆ ਉਦੋਂ ਹੀ ਪਤਾ ਲੱਗ ਗਿਆ ਵੀ ਅਜੇ ਫਲੈਕਸੀਬਿਲਿਟੀ ਬਹੁਤ ਆ, ਹਮੇਸ਼ਾ ਜਿੱਤਦਾ ਰਿਹਾ ਸਾਰੇ ਨੈਸ਼ਨਲ ਦੇ ਮੈਡਲ, BC ਦੇ ਫਿਰ ਵਰਲਡ ਦੇ ਵਿੱਚੋਂ ਆਪਣੇ ਬਰੌਂਜ਼ ਮੈਡਲ ਆਇਆ, ਰੂਬਲ ਖੰਨੇ ਨੂੰ ਹਰਾਇਆ ਇਹਨੇ, ਉਦੋਂ ਤੇ ਪਤਾ ਲੱਗ ਗਿਆ ਸੀਗਾ ਕਿ ਇਹਨੇ ਮਿਹਨਤ ਕਰਿਆ ਤੇ ਇਹਨੇ ਬਹੁਤ ਦੂਰ ਤੱਕ ਜਾਣਾ। ਤੁਹਾਨੂੰ ਕੀ ਪ੍ਰੋਬਲਮ ਆਈ ਜਿਹੜਾ ਤੁਸੀਂ ਇੱਥੇ ਜ਼ੋਰਾਂ ਲਏ ਅਮਰੀਕਾ 'ਚ ਇਹਨੂੰ ਜ਼ੋਰ ਕਰਨ ਭੇਜਿਆ ਜਾਂਦਾ? ਉਹ ਜ਼ੋਰ ਕਰ ਲਈ, ਫਿਰ ਭਲਵਾਨ ਜਿੱਦਾਂ ਇੱਥੇ ਥੋੜ੍ਹੇ ਭਾਰੇ ਆ, ਸਨੀ WWE ਵਿੱਚ ਚਲਾ ਗਿਆ, ਮੇਰਾ ਭਤੀਜਾ ਠੀਕ ਹੈ ਜੀ, ਭਾਈ ਗੁੱਡੇ ਭਲਵਾਨ ਦਾ ਬੇਟਾ ਜਿਹੜਾ ਉਹਨਾਂ ਦਾ, ਹਾਂਜੀ ਉਹ ਫਿਰ ਉੱਧਰ ਚਲਾ ਗਿਆ ਅਤੇ ਕੁਛ ਭਲਵਾਨ ਇੱਥੇ ਉਹਨੂੰ ਪ੍ਰੈਕਟਿਸ ਵਾਸਤੇ, ਫਿਰ ਉਹਨੂੰ ਥੋੜ੍ਹਾ ਜੋੜਾਂ ਦਾ ਚੱਕਰ ਪਿਆ, ਫਿਰ ਇਸ ਕਰਕੇ ਉੱਧਰ ਭੇਜਿਆ ਸੀ ਅਮਰੀਕਾ ਦੇ ਵਿੱਚ। ਬਹੁਤ ਖੁਸ਼ੀ ਹੋਈ ਆ ਜੀ ਸਾਨੂੰ ਵੀ, ਤਾਂ ਰੋਸਤਮ ਦੀ ਆਵਾਜ਼ ਵੱਲੋਂ ਤਾਂ ਸਾਰੀ ਰੋਸਤਮ ਰੈਸਲਿੰਗ ਕਲੱਬ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਅੰਦਰ ਜੀ ਸਾਰਿਆਂ ਨੂੰ ਅਤੇ ਆਪਣੇ ਸਾਡੇ ਪਿੰਡ ਵਡਾਲਾ ਕਲਾਂ ਵਾਲਿਆਂ ਨੂੰ, ਜਿੰਨੇ ਸਾਡੇ ਸਾਰੇ ਕਲੱਬ ਵਾਲੇ, ਤੁਹਾਡੇ ਆਸ਼ੀਰਵਾਦ ਨਾਲ ਸਾਰੇ ਕੈਨਡਰਾਂ ਨੂੰ ਜਿਹੜੇ ਇੱਥੇ ਦੇ ਅਸੀਂ ਰਹਿੰਦੇ ਹੈਗੇ ਹਾਂ, ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਜੀ, ਅਸੀਂ ਆਉਣ ਵਾਲੇ ਸਮੇਂ 'ਚ ਓਲੰਪਿਕ 'ਚੋਂ ਵੀ ਅਸੀਂ ਆਸ ਰੱਖਦੇ ਹਾਂ ਵੀ ਗੋਲਡ ਮੈਡਲ ਦੀ, ਤੁਹਾਨੂੰ ਅਗੇਨ ਬਹੁਤ ਬਹੁਤ ਮੁਬਾਰਕਾਂ। ਤੁਸੀਂ ਐਂਡ 'ਚ ਮੈਸੇਜ ਕੀ ਦੇਣਾ ਚਾਹੁੰਦੇ ਹਾਂ ਤੁਹਾਨੂੰ ਸਾਰੀ ਪਬਲਿਕ ਦੇਖ ਰਹੀ ਹੈ ਇਸ ਟਾਈਮ? ਮੈਸੇਜ ਜਿਹੜੇ ਹੁਣ ਬੱਚੇ ਆਪਣੇ ਇੰਨੇ ਸਾਰੇ ਖਾੜੇ ਸਰੀ ਵਿੱਚ ਆ ਰਹੇ ਆ, ਵਸੋੜ ਫਿਰ ਆਪਣੇ ਰਿਚਮੰਡ ਵਾਲੇ ਆ, ਤਾਂ ਹੋਰ ਵੀ ਜਿਹੜੇ ਬੱਚੇ ਜਿੱਥੇ ਵੀ ਜਿਹੜੇ ਪੰਜਾਬੀ ਆਪਣੇ ਕਰ ਰਹੇ ਆ ਬੱਚੇ, ਇਹ ਰੋਲ ਮਾਡਲ ਤੁਹਾਡੇ ਹੈਗੇ ਆ, ਤੁਸੀਂ ਇੱਦਾਂ ਇਹਨਾਂ ਦੀ ਇੱਦਾਂ ਮਿਹਨਤ ਕਰਕੇ ਇਹਨਾਂ ਦੇ ਲਾਗੇ ਨਾਲ ਅਤੇ ਹੋਰ ਮੈਡਲ ਲਿਆਓ ਇੱਥੇ ਜਿੱਤ ਕੇ, ਅਤੇ ਹੋਰ ਇੱਥੇ ਆਪਣਾ ਹੋਰ ਵੀ ਆਪਣਾ ਆਪਣਾ ਥੈਂਕ ਯੂ ਪਹਿਲਵਾਨ ਜੀ, ਥੈਂਕ ਯੂ। ਹਾਂਜੀ ਹਾਂਜੀ, ਉੱਥੇ ਮੈਡਲ ਖੜ੍ਹ ਜਾਓ। ਹਾਂਜੀ ਗੁਰੂ ਗੋਬਿੰਦ ਕਲੱਬ ਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਕਲੱਬ ਤੇ। ਪਹਿਲਵਾਨ ਜੀ ਗੋਲਡ ਮੈਡਲ ਅੱਜ ਜਿੱਤ ਕੇ ਆਏ ਆ, ਤਾਂ ਕਲੱਬ ਨੂੰ ਕੌਣ ਬੋਲਣਾ ਚਾਹੁੰਦਾ ਕਲੱਬ ਵੱਲੋਂ? ਹਾਂਜੀ ਹਾਂਜੀ, ਸਨੀ ਪਹਿਲਵਾਨ ਤਾਂ ਕਲੱਬ ਵੱਲੋਂ ਮੈਸੇਜ ਦੇ ਵੀ ਤੁਸੀਂ ਨਿੱਕੇ ਹੁੰਦੇ ਤੁਸੀਂ ਕਿੰਨੇ ਸਾਲ ਦੇ ਨਾਲੇ ਲੈ ਲੈਂਦੇ ਨਿਆਣੇ, ਅੱਜ ਤੁਹਾਡਾ ਕਾਮਨਵੈਲਥ ਚੋਂ ਗੋਲਡ ਮੈਡਲ ਆਇਆ, ਤਾਂ ਤੁਹਾਡੀ ਕਲੱਬ 'ਚ ਹੋਰ ਬੱਚੇ ਆਉਣ? ਅਸੀਂ ਭਾਜੀ 6 ਸਾਲ ਤੋਂ ਸ਼ੁਰੂ ਕੀਤੇ ਆ, ਜਿੰਨੇ ਵੀ ਨਿਆਣੇ 6 ਸਾਲਾਂ ਤੋਂ ਅੱਪ, ਉਸ ਤੋਂ ਬਾਅਦ ਅਸੀਂ ਹਾਈ ਸਕੂਲ ਤੱਕ ਤਾਂ ਕਰਦੇ ਹੀ ਕਰਦੇ ਹਾਂ, ਪਰ ਯੂਨੀਵਰਸਿਟੀ ਕਾਲਜ ਲੈਵਲ ਦੇ ਸਾਰੇ ਸਾਡੇ ਕੋਲ ਕਰਦੇ ਆ। ਤੁਸੀਂ ਅਸੀਂ ਟਿਊਜ਼ਡੇ ਥਰਸਡੇ ਸੈਟਰਡੇ ਸੰਡੇ ਪ੍ਰੈਕਟਿਸ ਚੱਲਦੀ ਸਾਡੀ ਰੋਟਰੀ ਸਟੇਡੀਅਮ ਦੇ ਵਿੱਚ ਐਪਸਫੋਰਡ ਦੇ ਵਿੱਚ, ਉੱਥੇ ਹੀ ਸਾਰੇ ਜਿੰਨੇ ਵੀ ਨਿਆਣੇ ਦੇਖਦੇ ਆ ਉੱਥੋਂ ਇਹ ਜੰਪ ਉੱਥੇ ਹੀ ਟ੍ਰੇਨਿੰਗ ਕਰਦੇ ਆ। ਹੁਣ ਦੇਖ ਲਓ ਹੁਣ ਕਾਮਨਵੈਲਥ ਗੇਮਸ ਤੱਕ ਇਹਨਾਂ ਦਾ ਗੋਲਡ ਆਇਆ ਅਤੇ ਇਹ ਸਾਡੇ ਕਲੱਬ 'ਚ ਹੀ ਸ਼ੁਰੂ ਆ। ਪਹਿਲਵਾਨ ਜੀ ਤੁਸੀਂ ਕੋਈ ਸਪੈਸ਼ਲ ਕੋਚ ਰੱਖਿਆ ਹੈ ਉੱਥੇ? ਨਹੀਂ ਨਹੀਂ ਭਗਵਾਨ ਜੀ, ਸਾਡੇ ਕੋਚ ਹੈਗੇ ਆ, ਮੈਂ ਖੁਦ ਕਰਾਉਂਦਾ, ਮੇਰੇ ਚਾਚਾ ਜੀ ਅਵਤਾਰ ਸਿੰਘ ਢੀਂਸਾ ਅਤੇ ਮੇਰੇ ਫਾਦਰ ਸਾਹਿਬ ਬੂਟਾ ਸਿੰਘ ਢੀਂਸਾ, ਅਸੀਂ ਸਾਰੇ ਕਰਾਉਂਦੇ ਰਲ ਮਿਲ ਕੇ ਉੱਥੇ। ਅਤੇ ਹੁਣ ਜਿੱਦਾਂ ਹੁਣ ਸ਼ਾਮ ਸਾਡੇ ਲੈਵਲ ਹੁਣ ਐਡਾ ਹੋਗਾ, ਹੁਣ ਇਹ ਵੀ ਸਾਡੇ ਨਾਲ ਕੋਚ ਹੀ ਸਮਝੋ, ਇਹ ਵੀ ਨਿਆਣਿਆਂ ਨੂੰ ਸਿਖਾਉਂਦਾ ਇੰਟਰਨੈਸ਼ਨਲ ਪੌਦਾ ਦਾ ਇੰਟਰਨੈਸ਼ਨਲ ਤਰੀਕੇ ਦੇ ਟੈਕਨੀਕਾ ਸਿਖਾਉਂਦਾ ਆ। ਸਾਨੂੰ ਬਹੁਤ ਪ੍ਰਾਊਡ ਆ ਪਹਿਲਵਾਨ, ਦੇਖੋ ਦੇਸੀ ਖਾੜਿਆਂ 'ਚੋਂ ਉੱਠ ਕੇ ਤੁਹਾਡੇ ਫਾਦਰ ਵੀ ਤੁਹਾਡੇ ਚਾਚਾ ਜੀ ਵੀ, ਤੁਸੀਂ ਕਈ ਕਹਿੰਦੇ ਵੀ ਓਲੰਪੀਅਨ ਇਹ ਹੋਣਾ ਚਾਹੀਦਾ ਵੀ ਜਾਂ ਕਿੱਦਾਂ ਵੀ, ਤੁਸੀਂ ਅੱਜ ਇਹ ਮੈਡਲ ਲਿਆ ਕੇ ਤੁਸੀਂ ਇਹ ਚਮਤਕਾਰ ਕਰਕੇ ਦਿਖਾ ਦਿੱਤਾ ਵੀ ਕੋਈ ਇੱਦਾਂ ਦਾ ਓਲੰਪੀਅਨ ਕੋਚ ਦੀ ਲੋੜ ਨਹੀਂ ਹੈਗੀ, ਜਿਹਨੇ ਮਿਹਨਤ ਕਰਨੀ ਆ ਉਹਦਾ ਮੈਡਲ ਆਉਣਾ ਹੋਣਾ ਇੱਕ ਦਿਨ। ਜਿਹਨੇ ਜਿਹੜਾ ਬੰਦਾ ਮਿਹਨਤ ਕਰਦਾ ਉਹਦਾ ਮੈਡਲ ਕਿਤੇ ਨਾ ਕਿਤੇ ਆਊਗਾ, ਹੁਣ ਇਸ ਬੱਚੇ ਨੇ ਇਹਨੇ ਮਿਹਨਤ ਕੀਤੀ ਆ ਅਤੇ ਇਹਦਾ ਮੈਡਲ ਆ ਗਿਆ, ਹੈ ਨਾ, ਇਹ 'ਚ ਕੋਈ ਕੋਈ ਟ੍ਰਿਕ ਨਹੀਂ ਗਾ, ਕੋਈ ਚਲਾਕੀ ਨਹੀਂ ਗੀ, ਜਿਹੜਾ ਬੰਦਾ ਮਿਹਨਤ ਕਰਦਾ ਉਹਦਾ ਮੈਡਲ ਆਊਗਾ ਯਾਰ। ਸ਼ਾਨ ਰੰਧਾਵਾ ਕੁਛ ਕਹਿਣਾ ਚਾਹੁੰਦਾ? ਸਾਰਿਆਂ ਦਾ ਥੈਂਕ ਯੂ ਇੱਥੇ ਆਉਣ ਲਈ, ਅੱਜ ਸਾਰੇ ਕਲੱਬ ਬੈਠੇ ਹੋਏ ਆ, ਅੱਜ ਵਧੀਆ ਲੱਗਦਾ, ਕਮਿਊਨਿਟੀ ਅੱਜ ਸਾਰਿਆਂ ਦੀ ਸਪੋਰਟ ਕਰਦੀ ਆ ਅਤੇ ਕਾਫੀ ਖੁਸ਼ੀ ਹੁੰਦੀ ਆ, ਸਾਰੇ ਇਕੱਠੇ ਹੋਏ ਆ, ਫੈਮਲੀ ਸਾਰੀ ਆਈ ਆ, ਕਲੱਬ ਵੀ ਆਇਆ, ਥੈਂਕ ਯੂ ਸਾਰਿਆਂ ਦਾ। ਤੈਨੂੰ ਆਸ ਸੀਗੀ ਇੰਨਾ ਤੇਰਾ ਵੈਲਕਮ ਹੋਊਗਾ? ਨਹੀਂ, ਮੈਨੂੰ ਆਸ ਸੀਗੀ ਕਲੱਬ ਵੱਲੋਂ ਸੀਗੀ, ਇਕੱਲੀ ਕਿ ਸਾਰੀਆਂ ਕਲੱਬਾਂ ਵੱਲੋਂ? ਉਹਦੀ ਵੀ ਆਸ ਸੀ ਵੀ ਸਾਰੀਆਂ ਕਲੱਬਾਂ ਇੱਦਾਂ ਸਵਾਗਤ ਕਰੂਗਾ। ਬਹੁਤ ਵਧੀਆ ਲੱਗਾ, ਜਿੰਨੀਆਂ ਵੀ ਇੱਥੇ ਕਲੱਬਾਂ ਅੱਜ ਆਈਆਂ ਆ ਸਾਰੀਆਂ ਸਪੈਸ਼ਲ, ਅਸੀਂ ਰੋਸਤਮ ਰੈਸਲਿੰਗ ਕਲੱਬ ਤੋਂ ਇਹਨਾਂ ਦੇ ਨਾਲ ਸਾਰਿਆਂ ਦਾ ਵੈਲਕਮ, ਸਾਡੀ ਪੰਜਾਬੀ ਕਮਿਊਨਿਟੀ ਨੂੰ ਮਾਣ ਆ ਵੀ ਅੱਜ ਇਹ ਮੈਡਲ ਲੈ ਕੇ ਆਏ ਆ, ਸਾਡੇ 3 ਰੈਸਲਰ ਇੱਥੋਂ ਗਏ ਆ ਪੰਜਾਬੀ, ਮੁੱਲਾ ਦਾ ਮੈਂ ਤੀਜਾ ਅੱਜ ਨਾਲ ਨਹੀਂ ਆਇਆ, ਹੁਣ ਉਹਦੀ ਫਲਾਈਟ ਡਿਫਰੈਂਸ ਸੀ, ਉਹਦਾ ਤੀਜਾ ਨੰਬਰ ਆਇਆ ਨਾ ਫੁਲਕੇ ਦਾ। ਪਹਿਲਵਾਨ ਜੀ ਬਹੁਤ ਮੁਬਾਰਕਾਂ ਤੁਹਾਨੂੰ, ਆਉਣ ਵਾਲਾ ਸਮਾਂ ਅਸੀਂ ਗੋਲਡ ਮੈਡਲ ਦੇਖਣਾ ਚਾਹੁੰਦੇ ਹਾਂ ਓਲੰਪਿਕ 'ਚ ਵੀ ਤੁਹਾਡਾ, ਥੈਂਕ ਯੂ ਪਹਿਲਵਾਨ ਜੀ।
ਪਹਿਲਵਾਨ ਜੀ ਇਧਰੋਂ ਖਿੱਚ ਦੇਣੀਆਂ ਦੇ ਦੇਣੀਆਂ ਤੁਹਾਨੂੰ ਸਾਹਮਣੇ ਤੇ ਲੱਗੇ ਜਸਮੀਤ ਫੁਲਕਾ ਜੀ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਤੇਰੇ ਪਰਿਵਾਰ ਨੂੰ ਵੀ ਤੁਹਾਡੀ ਮੀਰੀ ਪੀੜੀ ਕਲੱਬ ਨੂੰ ਵੀ ਪਹਿਲਵਾਨ ਜੀ ਤੁਹਾਡੇ 3 ਮੈਚ ਹੋਏ ਆ ਉੱਥੇ ਚਾਰ ਮੈਚ ਹੋਏ ਆ ਚਾਰ ਮੈਚ ਜਿਹੜਾ ਤੁਹਾਡਾ ਪਾਕਿਸਤਾਨ ਨਾਲ ਮੈਚ ਸੈਮੀ ਫਾਈਨਲ ਸੀਗਾ ਤਾਂ ਉਹਦੇ ਕੁਆਟਰ ਫਾਈਨਲ ਸੀ ਹਾਂ ਕੁਆਟਰ ਫਾਈਨਲ 'ਚ ਉਹਦੇ ਲਈ ਜ਼ਰੂਰ ਦੱਸੋ ਕਿਉਂਕਿ ਉਹ ਬਹੁਤ ਕਲੋਜ਼ ਮੈਚ ਸੀ ਜੇ ਉਹ ਜਿੱਤਦੇ ਤੁਹਾਡਾ ਗੋਲਡ ਮੈਡਲ ਦਾ ਚਾਂਸ ਸੀਗਾ ਉਹਦੇ ਲਈ ਕੀ ਉਹ ਗੱਲਬਾਤ ਹੋਈ ਆਈ ਥਿੰਕ ਵਧੀਆ ਮੈਚ ਸੀ ਆਈ ਥਿੰਕ ਮੈਂ ਸ਼ੁਰੂ ਬਾਅਦ ਤੋਂ ਮੈਂ ਥੋੜ੍ਹਾ ਸਲੋ ਸ਼ੁਰੂ ਕੀਤਾ ਸੀ ਮੈਚ ਪਰ ਮੈਂ ਆਪਣੇ ਆਪ 'ਚ ਥੋੜ੍ਹਾ ਕੌਨਫੀਡੈਂਸ ਸੀ ਪਹਿਲੇ ਰਨ 'ਚ ਦੇ ਬੰਦ 1-1 ਸੀ ਸੈਕਿੰਡ ਰਨ ਸਾਰਾ ਕੰਮ ਮੈਂ ਕਰਦਾ ਸੀ ਬਟ ਉਹਨੂੰ ਕਿਸੇ ਨੂੰ ਕਰੋਕ ਤੇ ਨਹੀਂ ਪਾਇਆ ਉਹਨਾਂ ਨੇ ਉਹਦੇ 'ਚ ਕੋਈ ਉਹਨੂੰ ਪੈਸਾ ਵੀ ਨਹੀਂ ਦੇ ਰਹੇ ਨਹੀਂ ਸੀ ਚੰਗਾ ਟਾਈਮ ਦਿੱਤਾ ਨਹੀਂ ਪਹਿਲੇ ਇੱਕ ਰੂਲ ਆ ਸੈਕਿੰਡ ਦੇ ਮੈਚ 'ਚ ਕੋਈ ਪੁਆਇੰਟ ਵੀ ਸਕੋਰ ਹੁੰਦਾ 2 ਮਿੰਟ ਬਾਅਦ ਨੂੰ ਕਿਸੇ ਨੂੰ ਪੈਸਾ ਕਰਦੇ ਸੋ ਆਈ ਥਿੰਕ ਮੈਂ ਸੈਕਿੰਡ ਰਨ 20 ਵਾਰੀ ਲੱਗਾ ਹੋਣਾ ਉਹ ਇੱਕ ਵਾਰੀ ਨਹੀਂ ਲੱਗਾ ਪਰ ਉਹਨਾਂ ਨੇ ਪੈਸੇ ਪੁਆਇੰਟ ਕਿਸੇ ਨੂੰ ਦਿੱਤਾ ਨਹੀਂ ਅਤੇ ਉਹਦੇ ਕਰਕੇ 10-20 ਸਕਿੰਟ ਰਹਿੰਦੇ ਸੀ ਮੈਂ 1-1 ਹਾਰਦਾ ਸੀ ਮੈਨੂੰ ਥੋੜ੍ਹੀ ਟਰਾਈ ਕਰਨੀ ਪਈ ਉਹਨਾਂ ਮੈਂ 3-1 5-1 ਹਾਰ ਗਿਆ ਸੀ ਬਟ ਆਈ ਥਿੰਕ ਥੋੜ੍ਹਾ ਰੈਫਰੀਆਂ ਦਾ ਥੋੜ੍ਹੇ ਨਵੇਂ ਹੋਣੇ ਸ਼ਾਇਦ ਉਹਨਾਂ ਥੋੜ੍ਹਾ ਫਰਕ ਪੈ ਗਿਆ ਬਟ ਉਹ ਸੀ ਯੂ ਨੋ ਆਈ ਥਿੰਕ ਹਾਂ ਜਿੱਥੋਂ ਦਾ ਬਣਿਆ ਆ ਉਹ ਮੈਚ ਤੋਂ ਮੈਂ ਸਿੱਖਿਆ ਜ਼ਿਆਦਾ ਐਸ ਮੈਂ ਜਦ ਮੈਂ ਜਿੱਤਿਆ ਸੀ ਮੈਂ ਸਿੱਖਿਆ ਜੀ ਪਹਿਲਵਾਨ ਜਿਹੜਾ ਤੀਜੇ ਚੌਥੇ ਲਈ ਤੇਰਾ ਬਹੁਤ ਈਜੀ ਮੈਚ ਸੀ ਤੈਨੂੰ ਕੋਈ ਮੈਂ ਟੈਨਸ਼ਨ ਉਹਦੇ ਵਿੱਚ ਹੈ ਨਹੀਂ ਸੀ ਉਹ ਤੈਨੂੰ ਪਹਿਲਾਂ ਪਤਾ ਸੀ ਕਿ ਤੂੰ ਉਹਨੂੰ ਅਟੈਕ ਕਰੂੰਗਾ ਯਾ ਆਈ ਥਿੰਕ ਮੈਂ ਮਿਹਨਤ ਲਈ ਸੀ ਯੂ ਨੋ ਆਬਵੀਅਸਲੀ ਮੈਂ ਗਿਆ ਸੀ ਉੱਥੇ ਜਿੱਤੇ ਨੂੰ ਸੋ ਆਈ ਥਿੰਕ ਆਈ ਵਾਸ ਪ੍ਰੀਟੀ ਕੰਫੀਡੈਂਟ ਬਟ ਯਾ ਉਹ ਆਈ ਥਿੰਕ ਮੈਨੂੰ ਪਤਾ ਸੀ ਉਸ ਮੈਚ ਆਪਣਾ ਮੈਚ ਘੋਲਦਾ ਸੀ ਮੈਂ ਲੱਗਦਾ ਆ ਯੂ ਨੋ ਕਿਸੇ ਨੂੰ ਮੈਨੂੰ ਰੋਣਾ ਔਖਾ ਆ ਤੇਰੇ ਕੀ ਮਨ 'ਚ ਕੀ ਰਹਿ ਗਿਆ ਵੀ ਜਿਹੜਾ ਤੇਰਾ ਉਹ ਗੋਲਡ ਮੈਡਲ ਖੁੰਝਿਆ ਵੀ ਤੈਨੂੰ ਕੀ ਕਿਹਦੇ 'ਚ ਘਾਟ ਸਮਝਦਾ ਤੂੰ ਮੈਨੂੰ ਕੋਈ ਘਾਟ ਨਹੀਂ ਆਈ ਜਸਟ ਥਿੰਕ ਉਹ ਮੇਰਾ ਇੰਨਾ ਯੂ ਨੋ ਜਸਟ ਇੱਦਾਂ ਲੱਕੀ ਸੀ ਆਈ ਥਿੰਕ ਮੇਰੇ ਮਨ 'ਚ ਕੁਛ ਨਹੀਂ ਰਿਹਾ ਕਰਕੇ ਕਿਹੜੀ ਰੈਸਲਿੰਗ ਆ ਯੂ ਨੋ ਕਿਹੜੀ ਸਪੋਰਟਸ ਆ ਯੂ ਨੋ ਆਈ ਥਿੰਕ ਯੂ ਕੈਨਟ ਥਿੰਕ ਟੂ ਮਚ ਲਾਈਕ ਦੈਟ ਯੂ ਨੋ ਅਗਲੇ 4 ਸਾਲਾਂ ਨੂੰ ਫੇਰ ਆ ਜਾਣੀਆਂ ਕਾਮਨਵੈਲਥ ਗੇਮਾਂ ਯੂ ਨੋ 2 ਸਾਲ ਨੂੰ ਓਲੰਪਿਕ ਗੇਮਾਂ ਆਉਣਗੀਆਂ ਕਿਉਂਕਿ ਮੌਕੇ ਦਾ ਆਈ ਜਾਂਦੇ ਆ ਕਿਹੜਾ ਬੰਦਾ ਮਿਹਨਤ ਲਾਉਂਦਾ ਮੌਕੇ ਦਾ ਆਈ ਜਾਣੇ ਆ ਸੋ ਯੂ ਨੋ ਅੱਜ ਨਹੀਂ ਕੱਲ੍ਹ ਨੂੰ ਫੇਰ ਆ ਜੂਗਾ ਇਟਸ ਓਕੇ ਰੋਸਤਮ ਦੀ ਆਵਾਜ਼ ਤੇ ਤੈਨੂੰ ਸਾਰੇ ਲੈਂਦੇ ਪੰਜਾਬ ਦਾ ਚੜ੍ਹਦੇ ਪੰਜਾਬ ਸਾਰੇ ਦੇਖ ਰਹੇ ਆ ਤੂੰ ਕੀ ਮੈਸੇਜ ਦੇਣਾ ਚਾਹੁੰਦਾ ਪਹਿਲਵਾਨ ਆਈ ਥਿੰਕ ਯੂ ਨੋ ਵਰਕ ਹਾਰਡ ਮਿਹਨਤ ਲਾਓ ਯੂ ਨੋ ਡੋਨਟ ਯੂ ਨੋ ਮੈਡਲ ਇਟਸ ਓਕੇ ਯੂ ਨੋ ਗੋਲ ਫਰਸਟ ਮੈਡਲ ਠੀਕ ਆ ਪਰ ਮੋਸਟ ਇੰਪੋਰਟੈਂਟਲੀ ਵਰਕ ਹਾਰਡ ਯੂ ਨੋ ਨਸ਼ਿਆਂ ਤੋਂ ਪਰੇ ਰਹੋ ਡਰੱਗ ਤੋਂ ਬਿਨਾਂ ਕਰੋ ਆਈ ਥਿੰਕ ਦੈਟਸ ਮੋਸਟ ਇੰਪੋਰਟੈਂਟ ਥਿੰਗ ਕਿਹੜਾ ਬੰਦਾ ਉਹ ਕਰਦਾ ਕਿ ਇਜ਼ ਚੈਂਪੀਅਨ ਥੈਂਕ ਯੂ ਪਹਿਲਵਾਨ ਤੇਰਾ ਬਹੁਤ ਬਹੁਤ ਰੋਸਤਮ ਦੇ ਰੈਸਲਿੰਗ ਕਲੱਬ ਵੱਲੋਂ ਵੀ ਤੇਰਾ ਆਉਣ ਵਾਲਾ ਸਮਾਂ ਅਸੀਂ ਦੇਖਣਾ ਚਾਹੁੰਦੇ ਹਾਂ ਓਲੰਪਿਕ ਚੋਂ ਗੋਲਡ ਮੈਡਲ ਆਜੋ ਆਓ ਗੱਲ ਕਰਦੇ ਇਹਨਾਂ ਦੇ ਫਾਦਰ ਨਾਲ ਹਾਂਜੀ ਕਿੰਨੀ ਖੁਸ਼ੀ ਅੱਜ ਹੋ ਰਹੀ ਹੈ ਬਹੁਤ ਬਹੁਤ ਬੜੀ ਬੜੀ ਖੁਸ਼ੀ ਆ ਬਹੁਤ ਖੁਸ਼ੀ ਆ ਆਪਣੇ ਸਾਰੇ ਬੱਚੇ ਵਧੀਆ ਮੈਡਲ ਲੈ ਕੇ ਆਏ ਇਸ ਵੈਰੀ ਵੈਰੀ ਨਾਈਸ ਤਾਂ ਤੁਹਾਨੂੰ ਕਿੱਦਾਂ ਲੱਗਦਾ ਜਿਹੜਾ ਇਹਦਾ ਪਾਕਿਸਤਾਨ ਨਾਲ ਮੈਚ ਹੋ ਰਿਹਾ ਸੀ ਕਲੋਜ਼ ਜਦੋਂ ਉਹ ਮੈਚ ਬਹੁਤ ਕਲੋਜ਼ ਸੀਗਾ ਠੀਕ ਠੀਕ ਸੀਗਾ ਮੈਨੂੰ ਠੀਕ ਲੱਗਦਾ ਸੀ ਇਹਦਾ ਮੈਚ ਮੈਂ ਬੋਲ ਪੈਣਾ ਮੈਚ ਵੇਖੇ ਭਾਜੀ ਨੇ ਪਤਾ ਨਹੀਂ ਵੇਖੇ ਨਹੀਂ ਵੇਖੇ ਜਿਹੜਾ ਪਹਿਲਾ ਮੈਚ ਸੀਗਾ ਉਹ ਫਿਫਥ ਸੀਗਾ ਓਲੰਪੀਅਨ ਠੀਕ ਹੈ ਜੀ ਠੀਕ ਆ ਉਹ ਜਿਹੜਾ ਮੈਚ ਸੀ ਇਹਨੇ ਜਿਹੜੇ ਜਿੱਤਿਆ ਕੁਆਟਰ ਫਾਈਨਲ ਦੈਟ ਵਾਸ ਮੋਰ ਇੰਪੋਰਟੈਂਟ ਦੈਨ ਪਾਕਿਸਤਾਨ ਮੈਚ ਠੀਕ ਹੈ ਨਾ ਪਾਕਿਸਤਾਨ ਦਾ ਮੈਚ ਸੀਗਾ ਉਹ ਬੰਦੇ ਨੇ ਮਤਲਬ ਕਿ ਇੱਕ ਪੁਆਇੰਟ ਲੈ ਲਿਆ ਫਿਰ ਡਿਫੈਂਸ ਖੇਡਣ ਲੱਗ ਪਿਆ ਠੀਕ ਆ ਜਿਹੜਾ ਪਹਿਲਾ ਮੈਚ ਸੀਗਾ ਦੈਟ ਵਾਸ ਦਾ ਕੀ ਪੁਆਇੰਟ ਦੈਟ ਹੀ ਵਨ ਇਟ ਸੋ ਆਈ ਥਿੰਕ ਹੀ ਵਾਸ ਇਫ ਹੀ ਵੁੱਡ ਹੈਵ ਵਨ ਦੈਟ ਮੈਚ ਤੇ ਉਹ ਜੇ ਮਤਲਬ ਕੋਈ ਡਿਫੈਂਸਿਵ ਤੇ ਨਾ ਖੇਡਦਾ ਪਾਕਿਸਤਾਨ ਹੀ ਵਾਸ ਚੈਂਪੀਅਨ ਐਨੀਵੇ ਠੀਕ ਆ ਠੀਕ ਹੈ ਥੈਂਕ ਯੂ ਆਓ ਤੁਹਾਨੂੰ ਅੱਜ ਮਿਲਾਉਂਦੇ ਹਾਂ ਬੀਸੀ ਦੇ ਕੋਚ ਜਿਹੜੇ ਅਮਰ ਢੇਸੀ ਉਹਨਾਂ ਨਾਲ ਜਸਮੀਤ ਫੁਲਕੇ ਨਾਲ ਨਿਸ਼ਾਨ ਰੰਧਾਵੇ ਨਾਲ ਜਾ ਕੇ ਆਏ ਆ ਤਾਂ ਬਿਰਦੀ ਰਾਜ ਬਿਰਦੀ ਜੀ ਤੁਹਾਡਾ ਬਹੁਤ ਰੋਸਤਮ ਦੀ ਆਵਾਜ਼ 'ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤਾਂ ਕਿੰਨੇ ਕੁ ਜਿਹੜੀ ਤੁਹਾਡੀ ਟੀਮ 'ਚ ਕਿੰਨੇ ਰੈਸਲਰ ਗਏ ਸੀਗੇ ਸੋ ਸਾਡੀ ਟੀਮ ਤੋਂ 6 ਜਣੇ ਗਏ ਸੀਗੇ 4 ਮੁੰਡੇ ਸੀਗੇ 2 ਕੁੜੀਆਂ ਤਾਂ ਅਸੀਂ ਲੈ ਕੇ ਆਏ 3 ਗੋਲਡ 1 ਬ੍ਰਾਂਜ਼ ਨਹੀਂ 2 ਬ੍ਰਾਂਜ਼ ਤਾਂ 1 ਸਿਲਵਰ ਆਪਣੇ ਤੁਹਾਨੂੰ ਕਿੱਦਾਂ ਲੱਗਦਾ ਪੰਜਾਬੀ ਜਿਹੜੇ ਆਪਣੇ 3 ਰੈਸਲਰ ਤੁਹਾਡੇ ਇਹਨਾਂ 'ਚ ਪੰਜਾਬੀ ਗਏ ਆ ਹਾਂਜੀ ਵੀ ਤੁਹਾਨੂੰ ਕਿੰਨਾ ਕੁ ਪ੍ਰਾਊਡ ਹੈ ਇਹਨਾਂ 'ਤੇ
ਅਤੇ ਬਹੁਤ ਪ੍ਰਾਊਡ ਵਾਟਰ ਦੈਨ ਸਾਡੀ ਕਮਿਊਨਿਟੀ ਦਾ ਜਦੋਂ ਹੈ ਨਾ ਨਾਂ ਹੈ ਨਾ ਰੋਸ਼ਨ ਹੁੰਦਾ ਆ ਸਾਰੇ ਜੇ ਕੋਚ ਸਾਡੀ ਕਮਿਊਨਿਟੀ ਹੈਪੀ ਹੁੰਦੀ ਆ ਸਪੈਸ਼ਲੀ ਕੋਚ ਲਈ ਹੈ ਨਾ ਸਾਰਾ ਹੀ ਮਾਣ ਵਾਲੀ ਗੱਲ ਹੁੰਦੀ ਆ ਜਦੋਂ ਨਿਆਣਾ ਤੁਸੀਂ ਜਿਹੜੇ ਕੋਚ ਕਰਕੇ ਜਿੱਤਦਾ ਆ ਤੁਹਾਨੂੰ ਕਿੱਦਾਂ ਆਸ ਸੀਗੀ ਇਹਨਾਂ 'ਤੇ ਪਹਿਲਾਂ ਜਿਵੇਂ ਕਿੰਨੇ ਕਿੰਨੇ ਮੈਡਲ ਤੁਹਾਡੇ ਆਉਣੇ ਆ ਤੁਹਾਨੂੰ ਕਿੱਦਾਂ ਲੱਗਦਾ ਸੀ ਜਿਹੜੀ ਇਹ ਗੇਮਸ ਆ ਜਿਹੜੀਆਂ ਅਸੀਂ ਤੁਹਾਨੂੰ ਅਸੀਂ ਤਾਂ ਐਵਰੀ ਹੈ ਨਾ ਵੇਟ ਕਲਾਸ 'ਚ ਕਹਿੰਦੇ ਕਿ ਅਸੀਂ ਹੈ ਨਾ ਲੈ ਕੇ ਆਉਣਾ ਆ ਮੈਡਲ ਅਸੀਂ ਹੈ ਨਾ ਬਹੁਤ ਹੈਪੀ ਹਾਂ ਹੈ ਨਾ ਸਾਡੇ ਤਿੰਨ ਮੈਡਲ ਆਏ ਆ ਹੈ ਨਾ ਕਮਿਊਨਿਟੀ ਤੋਂ ਪੰਜਾਬੀ ਅਤੇ ਹੈ ਨਾ ਆਲ 12 ਵੇਟ ਕਲਾਸ ਤੋਂ 12 ਮੈਡਲ ਆਏ ਆ ਤੁਹਾਨੂੰ ਕੋਈ ਹਾਰਡ ਮਗਰ ਲੱਗਾ ਹੋਵੇ ਬੱਚਾ ਜਿਹੜਾ ਤੁਹਾਡਾ ਪਹਿਲਵਾਨ ਨਹੀਂ ਜਿੱਤ ਰਿਹਾ ਉਹਦੇ 'ਤੇ ਮਗਰ ਕੋਚਿੰਗ ਲੱਗਾ ਹੋਵੇ ਬਹੁਤ ਟਫ ਮੈਚ ਲੱਗਾ ਜਦੋਂ ਤੁਹਾਨੂੰ ਕੋਈ ਹਾਂਜੀ ਮੈਂ ਕਹਿੰਦਾ ਜਿਹੜਾ ਜਸਮੀਤ ਦਾ ਜਿਹੜਾ ਮੈਚ ਸੀਗਾ ਪਾਕਿਸਤਾਨ ਦਾ ਉਹ ਟਫ ਮੈਚ ਸੀਗਾ ਉਹ ਮੈਚ ਹੈ ਨਾ ਜਿੱਤ ਸਕਦਾ ਸੀਗਾ ਥੋੜ੍ਹੀ ਕਿ ਹੈ ਨਾ ਜਦੋਂ ਤੁਸੀਂ ਹੈ ਨਾ ਜੇ ਰੈਫਰੀ ਵੀ ਸੀਗੇ ਉਹ ਕੋਈ ਕੁਸ਼ਚਨ ਕੁਸ਼ਚਨ ਨੂੰ ਨਹੀਂ ਦਿੰਦੇ ਸੀਗੇ ਜਿੰਨੀ ਵਾਰੀ ਉਹ ਨਾ ਜਸਮੀਤ ਲੱਗਿਆ ਸੀਗਾ ਪਰ ਇੱਦਾਂ ਹੁੰਦਾ ਹੈ ਨਾ ਰੈਸਲਿੰਗ 'ਚ ਇੱਕ ਬੰਦਾ ਜਿੱਤਦਾ ਇੱਕ ਬੰਦਾ ਹਾਰਦਾ ਤੁਹਾਨੂੰ ਆਸ ਸੀ ਉਹਦਾ ਵੀ ਆਪਾਂ ਗੋਲਡ ਲੈ ਸਕਦੇ ਸੀ ਉਹਦਾ ਲੈ ਸਕਦੇ ਸੀਗੇ ਤੁਹਾਨੂੰ ਅਮਰ ਢੇਸੀ 'ਤੇ ਕਿੱਦਾਂ ਲੱਗਾ ਜਦੋਂ ਪਾਕਿਸਤਾਨ ਨਾਲ ਘੋਲ ਆਈ ਇਹਦੀ ਨਹੀਂ ਵਧੀਆ ਸੀਗਾ ਜਦੋਂ ਹੈ ਨਾ ਅਮਰ ਨੇ ਸਾਰੇ ਜਿਹੜੇ ਮੈਚਸ ਹੋਏ ਸੀ ਵਧੀਆ ਬਹੁਤ ਵਧੀਆ ਕੀਤੇ ਇਹਦੀ ਲੈਵਲ ਹੈ ਨਾ ਦੂਜੇ ਜਿਹੜਾ ਨਾ ਐਥਲੀਟਾਂ ਲੋਕ ਬਹੁਤ ਵਧੀਆ ਆ ਇਹ ਹੈ ਨਾ ਇਹ ਹੈ ਨਾ ਮੈਂ ਨਹੀਂ ਹੈ ਨਾ ਮੈਂ ਬਲੀਵ ਕਰ ਸਕਦਾ ਇਹਨੇ ਹੈ ਨਾ ਵਰਲਡ ਚੈਂਪੀਅਨਸ਼ਿਪ ਜਾ ਕੇ ਵੀ ਮੈਡਲ ਜਿੱਤਣਾ ਹੈ ਕਿਆ ਬਾਤ ਹੈ ਕੋਚ ਸਾਹਿਬ ਜੀ ਕੋਈ ਹੋਰ ਜਿਹੜਾ ਤੁਹਾਨੂੰ ਲੱਗਦਾ ਜਿੱਦਾਂ ਹੁਣ ਅਮਰ ਉਹਨਾਂ ਨੂੰ ਉੱਥੇ ਜਾਣਾ ਪੈਂਦਾ ਅਮਰੀਕਾ ਜਿੱਦਾਂ ਹੁਣ ਤੁਹਾਨੂੰ ਲੱਗਦਾ ਵੀ ਇੱਥੇ ਤੁਸੀਂ ਰੈਸਲਰ ਇਕੱਠੇ ਕੀਤੇ ਆ ਸਭ ਜੀ ਹੋਰ ਟ੍ਰੇਨਿੰਗ ਹੈਗੇ ਆ ਹੈ ਨਾ ਇੱਕ ਹੈ ਨਾ ਰਾਨੀ ਹੈਗਾ ਆ ਉੱਥੇ ਹੈ ਨਾ ਅਮਰ ਹੈ ਨਾ ਜਦੋਂ ਗਿਆ ਸੀਗਾ ਕਾਮਨਵੈਲਥ ਉੱਥੇ ਉਹਦੇ ਨਾਲ ਪ੍ਰੈਕਟਿਸ ਕਰਦਾ ਸੀਗਾ ਪਰ ਉਹਦੇ ਲਈ ਹੈ ਨਾ ਵਧੀ ਹੈ ਨਾ ਬੈਟਰ ਆ ਹੈ ਨਾ ਦੂਜੇ ਯੂ ਐਸ ਜਾਣਾ ਉੱਥੇ ਟ੍ਰੇਨਿੰਗ ਕਰਨੀ ਉੱਥੇ ਹੈ ਨਾ ਫੈਸਿਲਿਟੀਜ਼ ਕੋਚਿੰਗ ਪਾਰਟਨਰਸ ਬਹੁਤ ਜ਼ਿਆਦਾ ਆ ਇੱਥੇ ਨਾਲੋਂ ਬਹੁਤ ਬਹੁਤ ਮੁਬਾਰਕਾਂ ਕੋਚ ਸਾਹਿਬ ਜੀ ਤੁਹਾਨੂੰ ਤੁਸੀਂ ਲਹਿੰਦੇ ਪੰਜਾਬ ਤਾਂ ਚੜ੍ਹਦੇ ਤੁਹਾਨੂੰ ਸਾਰੇ ਦੇਖ ਰਹੇ ਆ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਹਾਂ ਮੈਂ ਹੈ ਨਾ ਮੈਸੇਜ ਦੇਣਾ ਮੰਗਦਾ ਜਿਹੜੇ ਕੋਈ ਵੀ ਹੈ ਨਾ ਆਪਣਾ ਹੈ ਨਾ ਨਿਆਣਾ ਪਾਉਣਾ ਮੰਗਦਾ ਰੈਸਲਿੰਗ ਦੇ ਪਾਓ ਤੁਸੀਂ ਰੈਸਲਿੰਗ ਦੇ ਰੈਸਲਿੰਗ ਬਹੁਤ ਵਧੀਆ ਹੈ ਨਾ ਗੇਮ ਹੈਗੀ ਆ ਸਾਰੀ ਲਾਈਫ ਮੈਂ ਕੀਤੀ ਆ ਨਿਆਣਿਆਂ ਨੇ ਕੀਤੀ ਆ ਤੁਹਾਡਾ ਸਭ ਬਹੁਤ ਚੀਜ਼ਾਂ ਸਿੱਖਦੀ ਬੰਦਾ ਸਿੱਖ ਸਕਦਾ ਹੈ ਰੈਸਲਿੰਗ ਤੋਂ ਥੈਂਕ ਯੂ ਰਾਜਵਰਦੀਪ